ਅਸੀਂ ਯਾਰ ਬਿਨਾ ਬੁਲਾਏ ਆਏ ਆ ਵਿਆਹ ਤੇ, ਕੋਈ ਚੱਕਰ ਤਾਂ ਨਹੀਂ? ਪੱਕਾ ਤੈਨੂੰ ਕੰਟਰੋਲ ਕਰਨ ਦੀ ਹੋ ਰਿਹਾ ਪਤਾ ਨਹੀਂ, ਕਪੜਾ ਦਿਖਣ ਲੱਗ ਗਿਆ ਹੋਊਗਾ ਹੁਣ ਤਾਂ ਵਲੌਗ 'ਚ। ਪਤਾ ਕਿਵੇਂ ਜੇ ਆਲੂ ਆਪ ਨੂੰ ਛਿਲਦੇ ਹੁੰਦੇ? ਜੇ ਤੇਰੇ 'ਚ ਹਿੰਮਤ ਆ ਡੈਡੀ ਨਾਲ ਜਾ ਕੇ ਜਮਾ ਬੇਤੁਕੀਆਂ ਗੱਲਾਂ ਕਰ, ਜਮਾ ਬੇਤੁਕੀਆਂ ਬੇਤੁਕੀਆਂ ਗੱਲਾਂ, ਉਹ ਵੀ ਡੈਡੀ ਨਾਲ, ਉਹ ਆਪਣੇ ਨਾਲ ਹੀ ਵਿੱਚ ਲਾਉਣ ਸੋਚ ਰਿਹਾ। ਤੁਹਾਡੇ ਘਰ ਫਿਰ ਸਵਾਗਤ ਆ ਵੀਕ ਬੈਂਡ ਦੇ ਖੇਡ ਜਿਲੋ ਦੇ ਵਿੱਚ। ਅੱਜ ਦੇ ਵਲੌਗ ਵਿੱਚ ਆਪਾਂ ਚੱਲੇ ਹਾਂ ਵਿਆਹ ਤੇ, ਚੱਕ ਬਈ ਸਕੂਟਰੀ ਤੇ, ਉਹ ਮੈਨੂੰ ਭਾ ਯਾਰ ਆਪਾਂ ਜਾਣਾ ਮੋਗੇ, ਤਾਂ ਕਰਕੇ ਸਕੂਟਰੀ ਤੇ ਬਹਿ ਜੇ, ਕੀ ਹੋਇਆ? ਚਲੋ ਚੱਲੀਏ, ਅੱਜ ਤਾਂ ਬਾਹਲਾ ਸਵਾਦ ਆਉਣਾ, ਗੱਡੀ ਆਪਣੀ ਥੋੜ੍ਹੀ ਜਿਹੀ ਖਰਾਬ ਆ ਤਾਂ ਕਰਕੇ ਸਕੂਟਰੀ 'ਤੇ ਜਾਣਾ ਪੈਣਾ ਆਪਾਂ ਨੂੰ ਬਾਹਲੀ ਦੂਰ, ਅਤੇ ਪਾ ਕੇ ਕੁੜਤੇ ਪਜਾਮੇ ਚਿੱਟੇ ਰੰਗ ਦੇ, ਜੈਕਟਾਂ ਜੁਕਟਾਂ ਪਾ ਕੇ ਹੁਣ ਚੱਲੇ ਹਾਂ ਬਸ ਵਿਆਹ ਦੇ। ਚੱਲ ਬਈ ਆ ਗਈ, ਕੀ ਹੋ ਗਿਆ? ਗੱਡੀ ਚੱਲ ਰਹੀ ਯਾਰ, ਗੱਡੀ ਠੀਕ ਆ ਆਪਣੀ? ਕਰ ਦਿੰਦੇ ਹਾਂ, ਕਰ ਫਿਰ ਕਰ ਦੇ, ਉਹ ਤੇਰੀ ਦੀ ਬਸ ਚਲਾ ਕੇ ਦੇਖੀਏ ਫਾੜੇ ਨੂੰ, ਸ਼ਕਤੀਆਂ ਆ ਗਈਆਂ ਤੇ ਚਾਰਜ ਲਵਾ ਜਾਣਾ ਉਹਨੇ ਨੇ। ਓ ਕਿਉਂ ਉਹ ਵਾਜੀ ਵਾ 7 ਕਰੋੜ ਚਾਬੀ ਅਜੇ ਤੱਕ ਚੱਲੀ ਹੈ ਇਹ ਪਹਿਲੀ ਵਾਰ? ਨਹੀਂ ਨਹੀਂ ਚੱਲੀ ਬਾਈ, ਚੱਲੀ ਕਿ ਨਹੀਂ ਹੁਣ? ਬਿਲਕੁਲ ਬਿਲਕੁਲ ਬਾਈ ਬਿਲਕੁਲ, ਕੰਮ ਕੀਤੇ ਕਿ ਨਹੀਂ ਕੀਤੀਆਂ ਬਾਈ? ਚਲੋ ਚੱਲੀਏ, ਲੇਟ ਪਹੁੰਚ ਚੁੱਕੇ ਆ, ਵੱਜ ਚੁੱਕਿਆ ਪੂਰਾ 1 ਤੇ ਫੋਨ ਤੇ ਫੋਨ ਆਈ ਜਾਂਦੇ ਆ, ਹੁਣ ਵੀ ਫੋਨ ਆਈ ਜਾਂਦਾ ਜਦੋਂ ਵੀਡੀਓ ਬਣ ਰਹੀ ਆ, ਆਪਣੇ ਇੱਥੇ ਚੱਲਦੇ ਆ ਓਏ, ਦਹਿਸ਼ਤ ਦਹਿਸ਼ਤ ਪਊ ਆਪਣੀ ਪੂਰੀ ਨਾ ਭਰਾਵਾ, ਟਿੱਕੀਆਂ ਖਾਣੀਆਂ ਛਿੱਤਰ ਨਹੀਂ ਖਾਣੇ ਉੱਥੋਂ ਪੁਲਿਸ ਵਾਲਿਆਂ ਤੋਂ। ਚੱਲੀਏ ਫਿਰ, ਚਲੋ 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 ਬਾਈ ਚੱਲੀਏ ਯਾਰ, ਫੋਨ ਤੇ ਫੋਨ ਆਈ ਜਾਂਦੇ ਆ, ਉਦੋਂ ਤਾਂ ਨਾ ਘਰਦਿਆਂ ਦੇ ਇੰਨੇ ਜ਼ਿਆਦਾ ਵਿਆਹ ਆਏ ਹੋਏ ਆ ਨਾ, ਅਤੇ ਕਿਤੇ ਵੀ ਜਾਣ ਨੂੰ ਜੀ ਨਹੀਂ ਕਰਦਾ, ਅਤੇ ਇਹ ਜਿਹੜਾ ਵਿਆਹ ਸੀ ਇਹ ਸਹੁਰੇ ਵਾਲੇ ਪਾਸਿਓਂ ਸੀਗਾ, ਤਾਂ ਉਹਨਾਂ ਨੇ ਕਿਹਾ ਤਾਂ ਜਾਣਾ ਪਿਆ ਯਾਰ, ਨਾ ਜੀ ਨਹੀਂ ਹੋਈ ਹੈ ਨਾ। ਚਲੋ ਚੱਲੀਏ ਯਾਰ। ਅਮਨ ਦੱਸ ਦੇ ਯਾਰ, ਤੂੰ ਫਿਰ ਵਿਆਹ ਕਦੋਂ ਕਰਾ ਰਿਹਾ? ਮੈਂ ਵਿਆਹ ਦੇ ਵਿਆਹ ਵਾਲੇ ਦਿਨ ਕਰਾ ਰਿਹਾ ਬਾਈ ਜੀ, ਜ਼ਰੂਰ ਆਉਣਾ ਸਾਰਿਆਂ ਨੇ, ਠੀਕ ਹੈ? ਕਦੋਂ ਕਾਪਾ ਯਾਰ ਐਵੇਂ ਹੈ ਨਾ, ਵਿਆਹ 'ਤੇ ਜਾਈ ਜਾਵਾਂਗੇ ਹਰੇਕ ਦੇ, ਅਤੇ ਤੂੰ ਆਪਦਾ ਕਰਾਉਣਾ, ਮੈਂ ਤੇਰੇ ਵਿਆਹ ਦੇ ਵਿੱਚ ਭੰਗੜੇ ਪਾਉਣੇ ਚਾਹੁੰਦਾ, ਮੇਰੇ ਵੀਰ ਵਿਆਹ ਕਿਤੇ ਸਾਲ ਤੱਕ ਰਹਿਣਾ ਵਾ, ਇੱਕ ਦਿਨ ਮੇਰਾ ਵਿਆਹ ਰਹਿਣਾ ਵਾ, ਉਹੀ ਹੁਣ ਆਹ ਵਾਲਾ ਖਾ ਕੇ ਮੈਨੂੰ ਕਿਉਂ ਟੈਨਸ਼ਨਾਂ ਪਾਉਣੀਆਂ ਤੂੰ ਯਾਰ ਮੇਰੇ ਵਿਆਹ ਦੇ ਖਾਣ ਖਾਤਰ, ਉਹ ਵੀ ਖਾਣ ਖਾਤਰ, ਖਾਣ ਖਾਤਰ ਨਹੀਂ ਭੰਗੜਾ ਪਾਉਣ ਖਾਤਰ, ਹੁਣ ਤੈਨੂੰ ਮੈਂ ਲੈ ਕੇ ਚੱਲਿਆ ਵਿਆਹ ਦੇ ਉੱਤੇ। ਹਾਂ, ਕਿਉਂਕਿ ਤੂੰ ਮੇਰਾ ਵਿਆਹ ਨਾ ਕਰ ਸਕੇ। ਅੱਛਾ ਅੱਛਾ, ਤਾਂ ਕਰਕੇ ਲੈ ਕੇ ਚੱਲਾਂ ਹੈ? ਹਾਂਜੀ, ਉਹ ਕਹਿੰਦਾ ਕਿ ਵਿਆਹ 'ਚ ਲੈ ਜਾਂਦਾ, ਕਹਿੰਦੇ ਮੈਨੂੰ ਮੇਰੇ ਵਿਆਹ ਦੀ ਕਮੀ ਨਾ ਮਹਿਸੂਸ ਹੋਵੇ, ਤੂੰ ਕਹਿ ਤੂੰ ਕਹਿ ਤੇਰੇ ਵਿਆਹ ਦੀਆਂ ਹਜੇ ਮੇਰੇ ਖੱਲੀਆਂ ਨਹੀਂ ਉਤਰੀਆਂ, ਸਹੀ ਨੱਚ ਨੱਚ ਕੇ ਪਰ ਉਹ ਲੱਤਾਂ ਕਢਾਉਣਾ ਮੰਮੀ ਤੋਂ ਮੇਰਾ। ਚਲੋ ਕੋਈ ਨਹੀਂ ਯਾਰ, ਬਾਅਦ ਮੈਨੂੰ ਜਲਦੀ ਕਰਾ ਲਈ, ਤੂੰ ਵੀ ਕੋਈ ਚੱਕਰ ਨਹੀਂ, ਪਰ ਹਜੇ ਨਾ ਥੋੜ੍ਹਾ ਸਟੈਂਡ ਹੋਇਆ ਲਾਈਫ ਦੇ ਵਿੱਚ, ਠੀਕ ਹੈ ਜੀ, ਜਦੋਂ ਹੁਣ ਬੈਠਾ ਹੈ ਨਾ ਖੜਾ ਹੋ ਜਾ ਫਿਰ ਨਾਲ ਹੀ ਕਰਾ ਦੇਣਾ ਆਪਾਂ, ਮੇਰਾ ਸਨਰੂਫ ਬਣ ਜਾਣਾ ਇੱਥੇ ਜਿਵੇਂ ਖੜਾ ਹੋ ਗਿਆ। ਚਲੋ ਬਸ ਹੁਣ ਚੱਲੀਏ ਯਾਰ, ਅੱਜ ਤਾਂ ਨਾ ਬਾਹਲਾ ਘੈਂਟ ਦੇਣਾ, ਕਿਉਂਕਿ ਜਲਦੀ ਉੱਠ ਗਏ ਅੱਜ ਤਾਂ ਯਾਰ, ਸਵੇਰੇ ਸਵੇਰੇ 1 ਵਜੇ ਮੁੰਡਾ ਕਹਿੰਦੇ ਪੂਰਾ ਸਮਝਦਾਰੀ ਦਿਖਾ ਰਿਹਾ ਵਿਆਹ ਦੇ ਵਿੱਚ, ਵੀ ਕੋਈ ਵੀ ਊਲ ਜੂਲ ਹਰਕਤ ਨਹੀਂ ਕਰਨੀ ਹੈ ਨਾ। ਹਾਂਜੀ, ਕੋਈ ਸਮਝਦਾਰੀ ਦਿਖਾ ਰਿਹਾ, ਦੇਖੋ ਆਰਾਮ ਨਾਲ ਗਲਾਸ ਚੱਕਿਆ, ਹੁਣ ਪਾਣੀ ਪੀਊਗਾ। ਓਏ ਓਏ ਆ ਗਈ, ਉਹ ਤੇਰੀ ਦੀ ਦਿਖਾ ਦੀ ਅਕਲ ਬਾਈ, ਆਪਣੀ ਜ਼ਿੰਦਗੀ ਜਿਵੇਂ ਮਰਜ਼ੀ ਸੀ, ਉਹ ਜਿਹਦੇ ਨਾਲ ਕਰ ਰਹੇ ਉਹ ਤਾਂ ਡੱਬੇ ਚ ਪਾਲਾ, ਗਿਫਟ ਕਰ ਦਾਂਗੇ ਕਿਸੇ ਨੂੰ, ਮਾੜੀ ਗੱਲ ਹੈ ਬਾਈ। ਤੂੰ ਕੀ ਲੱਗਦਾ ਬਾਈ? ਮੈਂ ਕੁੜੀ ਦਾ ਭਰਾ, ਕੁੜੀ ਦਾ ਭਰਾ ਵਾ ਹੈ ਨਾ, ਅਸੀਂ ਯਾਰ ਬਿਨਾ ਬੁਲਾਏ ਆਏ ਆ ਵਿਆਹ ਤੇ, ਕੋਈ ਚੱਕਰ ਤਾਂ ਨਹੀਂ? ਪੱਕਾ ਗਰੰਟੀ ਆ? ਹਾਂਜੀ, ਬਿਨਾ ਬੁਲਾਏ ਆਏ ਆ, ਸਾਨੂੰ ਕਿਸੇ ਨੇ ਬੁਲਾਇਆ ਨਹੀਂ, ਬਿਨਾ ਕਾਰਡ ਤੋਂ ਬਿਨਾ ਇਨਵੀਟੇਸ਼ਨ ਤੋਂ ਆਏ ਆ, ਠੀਕ ਆ।
ਲੋ ਭਾਈ ਆ ਜੋ ਮਰਜ਼ੀ ਕਰਾਂ ਜੋ ਮਰਜ਼ੀ ਕਰੀਏ ਤੇ ਹੁਣ ਕੀ ਕਰ ਸਕਦਾ ਮੈਂ ਹੁਣ ਤਾਂ ਆ ਗਏ ਤੁਸੀਂ ਜੇ ਮੈਂ ਤੁਹਾਨੂੰ ਕੱਢਿਆ ਤੁਸੀਂ ਗਾਲਾਂ ਕੱਢੋਗੇ ਵਲੌਗ ਚ ਹੋ ਜਾਂਦਾ ਸੇਮ ਇੱਕੋ ਜਿਹੇ ਕੱਪੜੇ ਪਾਈ ਫਿਰਦੇ ਆ ਭਰਾ ਭਰਾ ਹਰੇ ਦਿਖਾਈ ਮੜਾ ਹੋਰ ਦੇਖਦਾ ਨਹੀਂ ਨਹੀਂ ਦੇਖਦਾ ਇਹ ਭਰਾਵਾ ਅਸੀਂ ਹੁਣ ਕਹਿਤਾ ਗਿਆ ਕੋਈ ਗੱਲ ਨਹੀਂ ਹੁਣ ਲੈ ਕੇ ਆਊਗਾ ਕਿਸੇ ਨੂੰ ਡੈਡੀ ਨੂੰ ਬੁਲਾ ਕੇ ਲੈ ਕੇ ਆਊਗਾ ਸਾਲਸਾ ਕਰੀ ਸਾਲਸਾ ਸਾਲਸਾ ਘਰ ਵਾਲੀ ਦੇ ਗਧਾੜੇ ਚੜ ਤੂੰ ਹੁਣ ਵਿਆਹ ਤੋਂ ਆ ਚੁੱਕੇ ਹਾਂ ਅਤੇ ਉੱਥੇ ਬਹੁਤ ਇੰਜੋਏ ਕੀਤਾ ਬਹੁਤ ਆਪਣੇ ਵੀਰ ਭਰਾ ਮਿਲੇ ਵੀ ਆਪਾਂ ਨੂੰ ਅਤੇ ਆਪਣੇ ਭਰਾ ਦਾ ਵਿਆਹ ਸੀ ਬਹੁਤ ਬਹੁਤ ਮੁਬਾਰਕਾਂ ਦੇ ਰਹੇ ਨੂੰ ਅਤੇ ਉੱਥੇ ਬਸ ਤੁਹਾਨੂੰ ਪਤਾ ਹੀ ਆ ਫਿਰ ਅਮਨ ਨੇ ਜੋ ਧੜੇ ਪਾਏ ਮੀਟ ਦੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੀਟ ਇਹਦਾ ਨਾ ਖਾ ਕਿਉਂਕਿ ਬਹੁਤ ਢਿੱਡ ਦੁਖਦਾ ਦੁਖਿਆ ਬਾਈ ਕਿ ਨਹੀਂ ਬਾਈ ਸਭ ਤੋਂ ਵੱਧ ਇਹਨੇ ਖਾਧਾ ਵਾ ਤੁਸੀਂ ਵੀ ਵੀਡੀਓ 'ਚ ਦੇਖਿਆ ਹੀ ਹੋਣਾ ਵਾ ਵੀਡੀਓ ਇਹਨੇ ਲਾਉਣੀ ਨਹੀਂ ਹੁਣ ਇਹ ਉਹ ਬਣਾਈ ਹੋਈ ਨਹੀਂ ਮੈਂ ਵੀਡੀਓ ਵੀ ਖਾਣ ਪੀਣ ਦੀ ਐਵੇਂ ਮਰਜ਼ੀ ਨਾਲ ਮੈਂ ਖਾਧਾ ਹੀ ਨਹੀਂ ਬਿਲਕੁਲ ਵੀ ਚੀਜ਼ ਖਾ ਰਿਹਾ ਸੀ ਕਿਉਂਕਿ ਜਿਹੜਾ ਵਿਆਹ ਤੇ ਨਾ ਮੀਟ ਹੁੰਦਾ ਨਾ ਉਹ ਕਹਿੰਦੇ ਖਰਾਬ ਕਰਦਾ ਹੁੰਦਾ ਉਹ ਉਹ ਕੋਈ ਪਤਾ ਨਹੀਂ ਕੋਈ ਉਹੋ ਜਿਹਾ ਐਸਿਡ ਪਾਉਂਦੇ ਹੁੰਦੇ ਆ ਉਹਦੇ ਵਿੱਚ ਤਾਂ ਕਿ ਛੇਤੀ ਗਲ ਜਾਵੇ ਨਹੀਂ ਤਾਂ ਇੰਨਾ ਨਾ ਕੁਆਂਟਲ ਹੁੰਦਾ ਯਾਰ ਮੀਟ ਤੇ ਹਨਾ 100-100 ਕੁਆਂਟਲ 200-200 ਓਏ ਪਿਛੋ ਕੁੱਤੇ 200-300 ਕੁਆਂਟਲ ਮੀਟ ਬਣਦਾ ਤੇ ਨਹੀਂ ਛੇਤੀ ਥੋੜੀ ਗਲ ਜਾਂਦਾ ਉਹ ਕੈਮੀਕਲ ਜਿਹਾ ਪਾਉਂਦੇ ਆ ਘੱਟ ਖਾਣਾ ਚਾਹੀਦਾ ਨਹੀਂ ਤਾਂ ਫਿਰ ਢਿੱਡ ਦੁਖਦਾ ਇਹ ਸੱਚੀ ਗੱਲ ਆ ਅਸੀਂ ਸੋਫੇ ਤੇ ਬੈਠੇ ਸੀਗੇ ਕਿ ਨਿਕਾ ਜਵਾਕ ਨੇ ਇੱਥੋਂ ਐਂ ਲੰਘਿਆ ਨਾਲ ਉਹਦੀ ਮੰਮੀ ਅਮਨ ਨੇ ਉਦੋਂ ਬਾਅਦ ਉਹ ਐਕਟਿੰਗ ਕੀਤੀ ਵੀ ਮੈਂ ਜਵਾਕ ਨੂੰ ਕਿਵੇਂ ਕੁੱਟੂੰ ਕੁੱਟੀ ਕੁੱਟ ਕੋਈ ਚੱਕਰ ਨਹੀਂ ਤੂੰ ਕਿਹੜਾ ਸੱਚੀ ਕੁੱਟਣਾ ਲੱਤਾਂ ਖਿੱਚ ਕੇ ਮੂੰਹ ਦੇ ਲੱਤਾਂ ਉਹਦੀਆਂ ਫਿਰ ਬਾਹਾਂ ਤਾਂ ਚੱਕ ਕੇ ਕੁਦਕ ਧਰਿਆ ਕੱਢ ਰਹੀਆਂ ਸੀ ਜਦੋਂ ਤੱਕ ਹੱਸਦਾ ਹੱਸਦਾ ਰੋਂਦਾ ਨਹੀਂ ਉਹਦੇ ਚ ਪੇੜਾ ਹੀ ਛੱਡੀ ਜਾਣੀ ਉਹਦੇ ਇਹ ਕਿਉਂ ਕਿਉਂਕਿ ਸਾਡੇ ਉੱਪਰ ਡੋਲਨ ਲੱਗਾ ਸੀਗਾ ਚੜਦੇ ਫਰੂਟ ਡੋਲਨ ਲੱਗੇ ਸਾਡੇ ਉੱਤੇ ਜਾਂ ਫਰੂਟ ਆਹ ਵੇਖੋ ਕਿੱਤਾ ਕੁੜਤਾ ਪਜਾਮਾ ਪਾ ਕੇ ਗਿਆ ਅੱਜ ਮੈਂ ਵਿਆਹ ਤੇ ਅੱਗੇ ਜ਼ਿੰਦਗੀ 'ਚ ਕਦੇ ਕੁੜਤਾ ਪਜਾਮਾ ਪਾਇਆ ਨਹੀਂ ਮਤਲਬ ਜਾਗੋ ਤੇ ਪਾਇਆ ਸੀ ਅੱਜ ਵਿਆਹ ਤੇ ਪਾ ਲਿਆ ਇੰਨੇ ਫਾਰਮਲ ਕੱਪੜੇ ਪਾਏ ਆ ਪਤਾ ਨਹੀਂ ਮੈਨੂੰ ਕੀ ਹੋ ਜਾਂਦਾ ਨਾ ਮੌਕੇ ਤੇ ਦੇਖੋ ਜਦ ਮੈਂ ਜਵਾਬ ਨਾਲ ਤੇ ਖੁਸ਼ ਵੀ ਕਰਨਾ ਸੀ ਪਤਾ ਕਿਵੇਂ ਜਿਹੜਾ ਫਰੂਟ ਸਾਡੇ ਡਿੱਗ ਪਿਆ ਉਹਦੇ ਮੂੰਹ 'ਚ ਪਾ ਕੇ ਉਹਨੂੰ ਕਹਿੰਦਾ ਐਂ ਕਰੋ ਫਿਰ ਉਹਦੇ ਮੂੰਹ ਤੇ ਐਂ ਮਾਰਨਾ ਸੀ ਫਿਰ ਫਰੂਟ ਮੇਰੇ ਮੂੰਹ 'ਤੇ ਡਿੱਗਣਾ ਸੀ ਉਹਨੇ ਹੱਸ ਪੈਣਾ ਸੀਗਾ ਫਿਰ ਕੁੱਟਣਾ ਸੀ ਉਹਨੂੰ ਦੁਬਾਰਾ ਉਹਨੂੰ ਫਿਰ ਕੁੱਟਣਾ ਸੀਗਾ ਚਲੋ ਬਈ ਜਸਟ ਇਮੇਜਿਨਰੀ ਆ ਸੱਚੀ ਨਿੱਕੇ ਨੂੰ ਕੁੱਟਿਆ ਇਦਾਂ ਹਾਂ ਨਹੀਂ ਨਹੀਂ ਬਾਈ ਇਦਾਂ ਦਾ ਨਹੀਂ ਬਾਈ ਮੈਂ ਜਵਾਕਾਂ ਨਾਲ ਬਹੁਤ ਪਿਆਰ ਕਰਦਾ ਵਾਂ ਘਰੇ ਆਉਂਦੇ ਸਾਰ ਹੀ ਬਾਈ ਆਪਾਂ ਨੂੰ ਮਿਲ ਗਿਆ ਪਾਰਸਲ ਹੁਣ ਇਹਨੂੰ ਖੋਲਦੇ ਆ ਦੇਖਦੇ ਇਹਦੇ ਵਿੱਚ ਕੀ ਆ ਕਿਉਂਕਿ ਮੈਂ ਤਾਂ ਮੈਂ ਹੀ ਆ ਪਰ ਕੀ ਪਤਾ ਕਈ ਵਾਰੀ ਗਲਤ ਮਲਤ ਚੀਜ਼ ਵੀ ਆ ਜਾਂਦੀ ਆ ਓ ਸਰਪ੍ਰਾਈਜ਼ ਮਿਲ ਗਿਆ ਇਹ ਟੇਬਲ ਮੰਗਾਇਆ ਸੀਗਾ ਬਾਈ ਮੈਂ ਹਾਂ ਸਹੀ ਗੱਲ ਬੜਾ ਵਧੀਆ ਨਾ ਬਾਹਰ ਅੱਗ ਉੱਗ ਬਾਲ ਕੇ ਬੰਦਾ ਇਹਦੇ ਬੈਠਾ ਰਹੇ ਤੇ ਅੱਜ ਦਾ ਵਲੌਗ ਆਪਾਂ ਸਟਾਰਟ ਕਰ ਰਹੇ ਹਾਂ ਯਾਰ ਪਤੰਗ ਤੋਂ ਉਹ ਪਤੰਗ ਬਾਹਲਾ ਉੱਪਰ ਲੱਗਿਆ ਹੋਇਆ ਤੁਹਾਨੂੰ ਦੇਖ ਨਹੀਂ ਰਿਹਾ ਹੋਣਾ ਕਮੈਂਟ ਬਾਹਲੇ ਆਈ ਜਾਂਦੇ ਸੀਗੇ ਕਿ ਬਾਈ ਯਾਰ ਹੋਰ ਗੁੱਡੇ ਵੀ ਲੈ ਕੇ ਆਓ ਪਤੰਗ ਜਿਹੜੇ ਹੁੰਦੇ ਆ ਇਹ ਅਤੇ ਹੋਰ ਵੀ ਹੈ ਨਾ ਕਲਾਕ੍ਰਿਤੀਆਂ ਕਰੋ ਤੁਸੀਂ ਇਹਨਾਂ ਨਾਲ ਤਾਂ ਕਰਕੇ ਅੱਜ ਆਪਾਂ ਪੰਗੇ ਲੈਣੇ ਆ ਹਾਂ ਬਸੰਤ ਪੰਚਮੀ 'ਤੇ ਵੀ ਉਡਾਵਾਂਗੇ ਆਹ ਦੇਖੋ ਇਹਦੇ ਦੇ ਜਿਹੜੇ ਗੁੱਡੇ ਆ ਬਾਈ ਇੱਕ ਇਦੋਂ ਹੀ ਵੱਡੇ ਸੀਗੇ ਉਹ ਆਪਾਂ ਕੱਲ੍ਹ ਨੂੰ ਲੈ ਕੇ ਆਵਾਂਗੇ ਮਤਲਬ ਅੱਜ ਯਾਰ ਲੈਣ ਜਾਣਾ ਸੀਗਾ ਪਰ ਅੱਜ ਆਪਾਂ ਚੱਲੇ ਹਾਂ ਕਿੱਥੇ ਚੱਲੇ ਹਾਂ ਹਾਂ ਬੁੱਟਰ ਨੇ ਸਾਨੂੰ ਇਨਵਾਈਟ ਕੀਤਾ ਹੋਇਆ ਅਤੇ ਸਵੇਰ ਦਾ ਯਾਰ ਮੈਂ ਬਿਮਾਰ ਹੋਇਆ ਪਿਆ ਸੀਗਾ ਬਾਹਰਲਾ ਖਾ ਖਾ ਕੇ ਨਾ ਹੁਣ ਤਾਂ ਮਤਲਬ ਸੋਚ ਲਿਆ ਹੋਇਆ ਬਾਹਰੋਂ ਬਿਲਕੁਲ ਵੀ ਨਹੀਂ ਖਾਣਾ ਯਾਰ ਬਿਲਕੁਲ ਮਤਲਬ ਬਿਲਕੁਲ ਵੀ ਦੇਖਣਾ ਤੱਕ ਨਹੀਂ ਯਾਰ ਬਾਹਰਲਾ ਖਾਣਾ ਮਤਲਬ ਰੋਜ਼ ਹੀ ਬਾਹਰਲਾ ਫੂਡ ਹੋ ਜਾਂਦਾ ਸੀਗਾ ਅਤੇ ਹੁਣ ਬਿਲਕੁਲ ਖਰਾਬ ਹੋਇਆ ਪਿਆ ਯਾਰ ਸਾਰਾ ਕੁਛ ਹਾਂ ਦੇਖ ਕੇ ਨਹੀਂ ਖਾਣਾ ਅੱਖਾਂ ਬੰਦ ਕਰਕੇ ਖਾਣਾ ਪਰ ਨਹੀਂ ਯਾਰ ਸੱਚੀ ਬਾਹਲਾ ਖਰਾਬ ਕਰਤਾ ਤਾਂ ਕਰਕੇ ਮੈਂ ਸਵੇਰ ਦਾ ਬਿਮਾਰ ਪਿਆ ਸੀਗਾ
ਤੇ ਹੁਣ 5 ਵਜ ਚੁੱਕੇ ਆ, ਹੁਣ ਜਾ ਕੇ ਮੈਂ ਰੈਡੀ ਹੋਇਆ ਤੇ ਹੁਣ ਆਪਾਂ ਚੱਲੇ ਹਾਂ ਬੁੱਟਰ ਵੱਲ। ਭੁੱਖ ਕਰਕੇ ਇੱਕ ਤਾਂ ਯਾਰ ਕੋਈ ਬੋਲਿਆ ਵੀ ਨਹੀਂ ਆਉਂਦਾ, ਮੈਂ ਸਵੇਰ ਤੱਕ ਕੁਛ ਵੀ ਨਹੀਂ ਖਾਧਾ ਨਾ ਮੈਂ ਤੋਂ ਖਾਧਾ ਜਾ ਰਿਹਾ ਕਿਉਂਕਿ ਥੋੜ੍ਹਾ ਬਿਮਾਰ ਸੀਗਾ। ਪੂਰੀ ਫੈਮਲੀ ਦੇ ਨਾਲ ਚੱਲਦੇ ਹਾਂ ਬੁੱਟਰ ਵੱਲ ਅਤੇ ਉੱਥੇ ਜਾ ਕੇ ਬਹਿੰਦੇ ਹਾਂ, ਗੱਲਾਂ ਬਾਤਾਂ ਮਾਰਦੇ ਹਾਂ ਅਤੇ ਮੈਂ ਤੋਂ ਬਿਲਕੁਲ ਯਾਰ ਬੋਲਿਆ ਨਹੀਂ ਜਾਂਦਾ, ਜਿਵੇਂ ਨਾ ਐਨਰਜੀ ਨਹੀਂ ਯਾਰ ਹੈਗੀ ਅੱਜ ਬਿਲਕੁਲ ਵੀ ਵਲੋਗ ਦੀ, ਤਾਂ ਹੀ ਤੁਸੀਂ ਦੇਖਿਆ ਹੋਣਾ ਅਤੇ ਸਵੇਰ ਤਾਂ ਮੈਂ ਕੁਛ ਵੀ ਨਹੀਂ ਖਾਧਾ ਯਾਰ। ਹੁਣ ਬੁੱਟਰਿਆਂ ਦੇ ਵੱਲ ਜਾ ਕੇ ਥੋੜ੍ਹਾ ਬਹੁਤਾ ਖਾਣਾ ਪੈਣਾ ਅਤੇ ਮੈਂ ਭੁੱਲ ਗਿਆ ਸੀ ਐਕਚੁਅਲ 'ਚ, ਤਾਂ ਮੈਂ ਆਰਾਮ ਨਾਲ ਸੁੱਤਾ ਪਿਆ ਸੀ, ਫਿਰ ਜਾ ਕੇ ਮੈਨੂੰ ਚੇਤਾ ਇਹ ਵੀ ਜਾਣਾ ਵਾ। ਚਲੋ ਹੁਣ ਕਿੱਥੇ ਪਤੰਗ ਤੇਰਾ? ਓ ਹੋ ਹੋ ਹੋ, ਹੌਲੀ 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 ਨੀਚੇ ਲੈ ਕੇ ਆਈ ਜਾਂਦਾ ਇਹਨੂੰ ਕੰਟਰੋਲ ਕਰਨ ਦੀ। ਹੋ ਰਿਹਾ ਪਤੰਗ ਆਪਣਾ, ਦਿਖਣ ਲੱਗ ਗਿਆ ਉਹ ਹੁਣ ਤਾਂ ਵਲੌਗ 'ਚ। ਪਤਾ ਕਿਵੇਂ? ਤੁਮਕੇ ਹੇ ਤੁਮਕੇ ਹੇ ਤੁਮਕੇ, ਪਹਿਲਾਂ ਛੱਡਣਾ ਡੋਰ ਨਾ, ਰੰਗ ਜਿਹਾ ਛੱਡਦੀ ਆ ਦੇਖੋ ਯਾਰ, ਹਨਾ ਲਾਲ ਲਾਲ ਕਰ ਦਿੰਦੀ ਆ ਹੱਥ ਜਿਹਾ, ਇਹਦਾ ਰੰਗ ਉੱਤਰਦੇ ਟੱਕ ਬਹੁਤ ਛੇਤੀ ਲੱਗਣ ਲੱਗ ਗਿਆ। ਵਜਦੀ ਨਹੀਂ ਇਹ ਪਰ ਧਿਆਨ ਨਾਲ ਜਵਾਰ ਨੇ ਚੜਾਇਆ ਇਧਰ ਇੱਕ ਪਤੰਗ ਆ, ਉਹ ਆਪਣੇ ਨਾਲ ਹੀ ਵੇਚਣ ਲਾਣ ਨੂੰ ਸੋਚ ਰਿਹਾ। ਲਾ ਦੀ ਇਹਨੂੰ ਤਾਂ ਚੱਲਣਾ ਵੀ ਆਪਾਂ ਯਾਰ ਕਿ ਬਿਠਾ ਲਈਏ ਜਿਹੜੀ ਲਾਓ ਪੇਚੇ ਉਹਦੇ ਨਾਲ ਲਾ ਲਓ ਪੇਚੇ ਵਧਾ ਲਓ ਪਹਿਲਾਂ ਵਧਾਇਆ ਹੀ ਹੈ ਹੋਰ ਵਧਾਓ ਤਾਂ ਬਾਲੀ ਦੂਰ ਆ ਤੇ ਬਾਕੀ ਹੋਰ ਏ ਉਹ ਦੇ ਤੇ ਉਹ ਦੇ ਪਹਿਲਾਂ ਵੀ ਟਰਾਈ ਕੀਤੀ ਸੀ ਲਾਉਣ ਤੋਂ ਨਹੀਂ ਉੱਪਰ ਇਹ ਲੈ ਜਾਂਦਾ ਉਹਦੇ। ਹੁਣ ਬਸ ਚੱਲੇ ਹਾਂ ਅਤੇ ਅਮਨ ਪਤਾ ਨਹੀਂ ਕਿੱਥੇ ਚਲਾ ਗਿਆ, ਬੁੱਟਰ ਮੈਨੂੰ ਫੋਨ 'ਤੇ ਫੋਨ ਲਾਈ ਜਾਂਦਾ ਕਿਉਂਕਿ 4 ਵਜੇ ਦਾ ਟਾਈਮ ਸੀਗਾ, ਹੁਣ 5 ਵਜ ਚੁੱਕੇ ਆ ਅਤੇ ਉਹ ਕਹਿੰਦਾ ਫਟਾਫਟ ਆ ਜਾ ਤਾਂ ਕਰਕੇ ਹੁਣ ਆਪਾਂ ਚੱਲੇ ਹਾਂ ਉੱਥੇ। ਅਮਨ ਵੀਰੇ ਹਾਂਜੀ, ਏ ਬੀ ਸੀ ਡੀ ਸੁਣਾ ਛੋਟੀ 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 ਏ ਛੋਟੀ ਬੀ ਛੋਟੀ ਸੀ ਛੋਟੀ ਡੀ ਛੋਟੀ ਏ ਛੋਟੀ ਡੀ ਸਿੱਧੀ ਡੀ ਤਾਂ ਸਾਰੀ ਸੁਣਾ ਦੇ ਛੋਟੀ ਤੈਨੂੰ ਮੈਂ ਮਨ ਵਿੱਚ ਤੈਨੂੰ ਮੈਂ 1000 ਰੁਪਇਆ ਨਾਮ ਹੁਣੇ ਦੋਗੇ ਮੰਮੀ ਤੋਂ ਲੈ ਕੇ ਚੱਲ ਚੱਲ ਬੋਲ 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 ਵੀਰੇ ਛੋਟੀ ਕਿਹਾ ਮੈਂ ਤਾਂ ਸੁਣਾ ਯਾਰ ਵੱਡੀ ਵੱਡੀ ਸੁਣਾ ਚੱਲ ਸੁਣਾ ਚੱਲ ਠੀਕ ਆ ਨੌ ਦਾ ਪਾੜਾ ਸੁਣਾ ਦੇ ਨੌ ਦਾ ਪਾੜਾ ਹਾਂ ਕਿਹੜੇ ਸਕੂਲੋਂ ਪੜ੍ਹਿਆ ਸਰਟੀਫਿਕੇਟ ਕਿੱਥੇ ਪਾੜਨਾ ਮੈਂ ਮੇਰੇ ਸਕੂਲ ਨੀ ਪੜ੍ਹਿਆ ਇਹ ਅਲੱਗ ਸਕੂਲ ਸੀ ਇਹਦਾ ਪਹਿਲਾਂ ਇਕੱਠੇ ਪੜ੍ਹੇ ਆ ਜਦੋਂ ਪ੍ਰੋਪਰ ਮੈਥ ਹੋਣੀ ਸੀ ਉਦੋਂ ਕਿਤੇ ਹੋਰ ਲੱਗ ਗਿਆ ਸਾਰੇ ਐਂ ਲਿਖਦੇ ਸੀਗੇ ਸਾਰੇ ਐਂ ਲਿਖਦੇ ਸੀ ਮੇਰੇ ਕੀ ਸਾਰੇ ਮੇਰੇ ਨਾਲ ਬਹਿ ਕੇ ਮੇਰੀ ਥਾਲੀ ਸ਼ੇਕ ਕਰ ਰਿਹਾ ਬੋਟਾ ਪੂੜਾ ਐੜਾ ਈੜੀ ਸੱਸਾ ਹਾ ਹਾ ਕੱਕਾ ਭਾਈ ਆ ਇਹਨੇ ਮਿਊਟ ਕਰਤੀ ਆਵਾਜ਼ ਮੇਰੀ ਗੱਲ ਸੀ ਸਹੀ ਗੱਲ ਆ ਨਾ ਸਹੀ ਗੱਲ ਆ ਆਵਾਜ਼ ਭਾਈ ਇਹਨੇ ਕਲੈਪ ਚੱਕ ਦੀ ਉੱਧਰ ਲਾਦੀ ਆਵਾਜ਼ ਆਪ ਚੱਕ ਚੱਕਤੀ ਭਾਈ ਹੁਣ ਸੁਣਾ ਭਾਈ ਹੁਣ ਸੁਣਾ ਸੁਣਾ ਰਿਹਾ ਤੂੰ ਭਾਈ ਸੁਣ ਰਹੀ ਆ ਹਾਂ ਸੁਣ ਰਹੀ ਆ ਮੈਨੂੰ ਤਾਂ ਵਾਹ ਯਾਰ ਇਹ ਤਾਂ 100 ਨੰਬਰ ਵਾਲਾ ਉਡਾਣਾ ਸੁਣਾਈ ਜਾਂਦਾ ਪਤਾ ਯਾਰ ਪਹਿਲਾਂ ਕਿੱਥੇ ਗਿਆ ਸੀ ਪਹਿਲਾਂ ਮੈਨੂੰ ਇਹ ਦੱਸ ਸੁਣਾਵਾਂ ਰਿਵਰਸ ਸਾਰਾ ਕੁਝ ਸੁਣਾ ਦਿੰਦਾ ਰਿਵਰਸ ਸੁਣਾ ਜਾਂਦਾ
ਤੂੰ ਤਾਂ ਐਡਿਟਿੰਗ ਦੀ ਲੋੜ ਹੀ ਨਹੀਂ ਭਰਾਵਾ, ਤੁਰਦਾ ਫਿਰਦਾ ਐਡੀਟਰ ਆ ਇਹ। ਬੁੱਟਰ ਵੀਰ ਜੀ ਦੀ ਕਹਿੰਦੇ ਆ ਚੁੱਕੀ ਹੈ ਵੀਡੀਓ, ਮੁਬਾਰਕਾਂ ਵੀਰੇ ਤੈਨੂੰ ਬਹੁਤ ਬਹੁਤ। ਤੇ ਜਿਹੜੀ ਫੁੱਲ ਵੀਡੀਓ ਆ ਇਹਦੇ ਚੈਨਲ ਤੇ ਆ ਗਈ, ਜਾ ਕੇ ਦੇਖੋ ਬਾਈ ਫਟਾਫਟ ਯਾਰ, ਚੈਨਲ ਦਾ ਨਾਮ ਦੱਸ ਦੇ ਭਰਾ ਬੁੱਟਰ ਵੀਰੇ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੁਸੀਂ ਨਾ ਪਿਆਰ ਕਰੋ, ਫਟਾਫਟ ਸਰਚ ਕਰੋ ਯਾਰ ਜਾ ਕੇ, ਉਂਗਲਾ ਮਾਰ ਲਿਆ ਮੇਰੇ ਚੈਨਲ ਤੇ ਵੀ ਮੇਰੀ ਆ ਜੂਗੀ, ਇਹਨੂੰ ਲਾਤਾ ਜਲਦੀ ਜਲਦੀ। ਨਹੀਂ ਨਹੀਂ ਬਾਈ ਮੈਂ ਮਜ਼ਾਕ ਕਰਦਾ ਹੁੰਦਾ, ਠੀਕ ਹੈ ਨਾ, ਕੋਈ ਸੀਰੀਅਸ ਨਾ ਲੈ, ਮਜ਼ਾਕ ਮਜ਼ਾਕ ਵਿੱਚ ਹੀ ਕਹਿੰਦਾ ਹੱਸ ਓਏ, ਇੱਕ ਇੱਕ ਹੱਥ ਦੇ ਕੰਨਾਂ ਨੂੰ ਪਾਉਂਦਾ ਵਾਲੀਆਂ ਗੱਲਾਂ ਜੀ, ਸਮਝੋ ਮਾੜਾ ਮੋਟਾ ਹਨਾ, ਕੈਰੀ ਕਿਉਂ ਜਾਈ ਹੋ ਥੋੜਾ ਟਾਈਮ ਪਹਿਲਾਂ, ਪਤਲਾ ਜਾਈ ਗਿਆ ਮੇਰੇ ਕੋਲ, ਇਹਦਾ ਮੋਟਾ ਹੋ ਗਿਆ ਜੀ, ਬੱਚਿਆਂ ਨੂੰ ਪਾਲਿਆ ਇਹਨੂੰ, ਆਪਦੇ ਆਪ ਰੋਟੀਆਂ ਦੋ ਖਾਂਦੇ ਇਹਨੂੰ ਚਾਰ ਦਿੰਦਾ ਸੀ ਦੇਖ ਲਿਆ, ਜਦੋਂ ਪਲ ਪਲ ਚਾਹੀਏ ਸੋਰੀ ਨੂੰ ਦਿਖਾਉਣਾ ਸਾਰਿਆਂ ਨੂੰ ਦਿਖਾਉਣਾ, ਮੈਂ ਆਪਦੇ ਤੇ ਆਈ ਗਈ ਚੱਲ ਜਾ ਹੁਣ ਭਰਾਵਾ, ਕੀ ਕਹਿ ਸਕਦੇ ਆ, ਅਸੀਂ ਪਤਾ ਕਿੱਥੇ ਚੱਲੇ ਹੁਣ ਮੇਲੇ ਤੇ, ਗੱਡੀ ਤੇ ਆਇਆ ਮੈਂ, ਮੋਟਰਸਾਈਕਲ ਦੇਖੀ ਆ, ਸਕੂਟਰੀ ਤੇ ਆਇਆ, ਮੈਂ ਚਾਬੀ ਲਾਈ ਜਾਂਦਾ, ਦਿਮਾਗ ਦੀ ਚਾਬੀ ਆ, ਦਿਮਾਗ ਤਾਂ ਗਿੱਟਿਆਂ ਦਾ। ਤਾਂ ਬਸ ਯਾਰ ਹੁਣ ਘਰੇ ਆ ਚੁੱਕੇ ਹਾਂ, ਤਾਂ ਕਿਵੇਂ ਲੱਗਿਆ ਵਲੌਗ ਜ਼ਰੂਰ ਦੱਸੋ, ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਲਓ ਵਲੌਗ ਹੋਰ ਦੇਖਣ ਲਈ, ਜੇ ਤੇਰੇ 'ਚ ਹਿੰਮਤ ਆ ਡੈਡੀ ਨਾਲ ਜਾ ਕੇ ਜਮਾਂ ਬੇਤੁਕੀਆਂ ਗੱਲਾਂ ਕਰ, ਜਮਾਂ ਬੇਤੁਕੀਆਂ ਬੇਤੁਕੀਆਂ ਗੱਲਾਂ, ਉਹ ਵੀ ਡੈਡੀ ਨਾਲ, ਹਾਂ ਨਾ ਇਹ ਨਹੀਂ ਹੋਣਾ ਪੁਰਾਣੀ ਗੱਲਾਂ, ਵੀ ਜੇ ਤੂੰ ਕੀਤਾ ਤੈਨੂੰ 1,000 ਰੁਪਈਆ ਮਿਲੂਗਾ, ਸੱਚੀ ਦਊਂਗਾ, ਸੌਣ ਲੱਗੇ ਸੌਂ ਖਾ ਸੌਣ ਲੱਗੇ, ਆਹ ਦੇਖ ਲਾ ਨਹੀਂ ਮੇਰਾ ਗਾਣਾ ਕਰਾਵਾਂਗੇ, ਉਹ 1,00,000 ਰੁਪਏ 'ਚ ਪਏ ਆ, ਉਹ ਵੀ ਕਰਾਊਂਗਾ, ਚਲੋ ਵੀ ਠੀਕ ਆ ਠੀਕ ਆ, ਆ ਜਾ ਲੈ। ਜੇ ਮੇਰਾ ਨਾਂ ਹਰਸ਼ ਹੁੰਦਾ ਤੇ ਹਰਸ਼ ਦਾ ਨਾਮ ਅਮਨ ਹੁੰਦਾ, ਫਿਰ ਤੁਸੀਂ ਕਿਆ ਕਰਨਾ ਸੀ, ਅਮਨ ਗੱਡੀਆਂ ਦੇ ਕਰਦੇ, ਫਿਰ ਕੀ ਹੋ ਗਿਆ ਕਹਿ ਰਹੇ ਗੱਡੀ ਅੰਦਰ ਕਰ, ਅੰਦਰ ਕਰਦੇ ਨਹੀਂ ਤੂੰ, ਤੁਹਾਨੂੰ ਵੀ ਕਹਿ ਦਿੱਤਾ ਆਪਣੀ ਗੱਡੀ ਅੰਦਰ ਕਰਦੇ, ਚਲਾਉਣੀ ਨਹੀਂ ਆਉਂਦੀ, ਚਲਾਉਣੀ ਇਹਨੂੰ ਕਿਉਂ ਨਹੀਂ ਆਉਂਦੀ, ਲੱਤਾਂ ਛੋਟੀਆਂ ਬ੍ਰੇਕਾਂ ਤੱਕ ਨਹੀਂ, ਡੈਡੀ ਮੇਰਾ ਬੇਤੁਕੀਆਂ ਗੱਲਾਂ ਕਰਨ ਲੱਗ ਗਏ ਯਾਰ, ਛੋਟਾ ਬਾਰੀ ਖੋਲ ਕੇ ਲੱਤਾਂ ਨਾ,
ਬਾਜੀ ਖੁੱਲ ਕੇ ਗੱਡੀ ਚਲਾਉਂਦਾ ਵਾ, ਜਦੋਂ ਗੱਡੀ ਤੇਜ਼ ਭੱਜ ਲੈਂਦੀ ਹੈ ਹੌਲੀ ਕਰਕੇ ਮੂਹਰੇ ਇੱਟ ਲਾਉਂਦਾ ਟਾਇਰ ਨੂੰ, ਟਾਇਰ ਮੂਹਰੇ ਇੱਟ ਲਾਉਂਦਾ ਤਾਂ ਗੱਡੀ ਰੁਕਦੀ ਹੈ। ਨਹੀਂ ਅਮਨ ਜੇ ਗੱਡੀ ਆਪ ਨੂੰ ਚਲਾਉਂਦੀ ਹੁੰਦੀ ਫਿਰ ਆਪਾਂ ਕਰੋ ਮਿੱਦੇ ਮੁੱਦੇ ਜਾਣਾ ਸੀ ਆਪਾਂ ਕਿਹੜਾ ਚਲਾਉਣਾ ਸੀ, ਜੇ ਹੈ ਮਠਿਆਈ ਆਪਾਂ ਨੂੰ ਫ੍ਰਿਜ 'ਚ ਰੱਖਦੀ ਹੁੰਦੀ ਅਤੇ ਆਪਾਂ ਕਦੋਂ ਦੇ ਗਰਕ ਗੁਰਕ ਜਾਣਾ ਸੀ ਜੇ ਆਲੂ ਆਪਾਂ ਨੂੰ ਛੱਲਦੇ ਹੁੰਦੇ। ਜੇ ਡੈਡੀ ਚੋਰ ਆਪਾਂ ਨੂੰ ਕੈਮਰੇ 'ਚ ਵੇਖਦਾ ਹੁੰਦਾ, ਜੇ ਪੌੜੀ ਆਪਣੇ 'ਤੇ ਚੜ੍ਹਦੀ ਹੁੰਦੀ, ਜੇ ਮੁੰਡਾ ਸਾਰੇ ਰਿਸ਼ਤੇਦਾਰਾਂ ਨੂੰ ਸ਼ਗਨ ਪਾਉਂਦਾ ਹੁੰਦਾ ਆਪਦੇ ਵਿਆਹ ਦੀ, ਰੁਪਇਆ ਵੀ ਫਿਰ ਪਤਾ ਹੀ ਆ ਫਿਰ ਕਿਹੋ ਜਿਹਾ ਹੋ ਸਕਦਾ ਜੇ ਬੇਤ ਕੇ ਗੱਲਾਂ ਇਹੋ ਜਿਹੀਆਂ ਪਚਕਾਰੀ ਚੋਂ ਆਪਾਂ ਨਿਕਲਦੇ ਹੁੰਦੇ ਜੇ ਤੂੰ ਸਿਆਣਾ ਹੁੰਦਾ ਤੈਨੂੰ ਅਕਲ ਹੁੰਦੀ ਜੇ ਤੂੰ ਵਧੀਆ ਵਲੌਗਰ ਹੁੰਦਾ ਓਏ ਵਧੀਆ ਨਹੀਂ ਆ ਮੈਨੂੰ ਪਿਆਰ ਕਰਨ ਵਾਲੇ ਨੂੰ ਪੁੱਛ ਕੇ ਦੇਖ ਮੈਂ ਕਿੰਨਾ ਵਧੀਆ ਵਾਂ, ਦੱਸੋ ਵੀ ਵਧੀਆ ਇੱਥੇ ਦੱਸੋ ਵੀ ਟਾਈਮ ਲਾ ਕੇ ਵਧੀਆ ਕਰਦੇ ਪੁੱਤਰ ਦਾ ਕਿਹੜਾ ਪੁੱਤਰਾਂ ਦਾ ਕਿਹੜਾ, ਮੈਂ ਤਾਂ ਬਾਹਲ ਆਈ ਵਧੀਆ ਤੁਸੀਂ ਸੁਣਿਆ ਹੋਣਾ ਮੇਰਾ ਗਾਣਾ ਫਿਸ਼ਰੀ ਜਿਹੜਾ ਆਪਾਂ ਕੱਢਿਆ ਸੀ ਸਬਜ਼ੀ ਆਪਾਂ ਨੂੰ ਕੱਟਦੀ ਹੁੰਦੀ ਹੈ ਸੜਦੇ ਹੋਣਾ ਜੀ। ਸਾਰੇ ਜਾਣੇ ਇਹੋ ਜਿਹੇ ਕਮੈਂਟ ਕਰੋ ਯਾਰ ਫਟਾਫਟ, ਜੇ ਡਾਕਟਰ ਨੂੰ ਆਪਾਂ ਦਵਾਈ ਦਿੰਦੇ ਹੁੰਦੇ ਆਲਾ ਵੀ ਆਹ ਖਾਣੀਆਂ ਦਵਾਈ, ਜੇ ਡਾਕਟਰ ਨੂੰ ਕਹਿੰਦਾ ਆਪਾਂ ਦਵਾਈ ਖਵਾਉਂਦੇ ਹੁੰਦੇ